ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਸੁਖਬੀਰ ਬਾਦਲ ਦਾ ਵੱਡਾ ਐਲਾਨ, ਕਿਹਾ ਮੁੱਖ ਮੰਤਰੀ ਭਗਵੰਤ ਮਾਨ ਮੰਗਣ 10 ਦਿਨਾਂ ਵਿੱਚ ਮਾਫ਼ੀ, ਨਹੀਂ ਤਾਂ ਕਰਨਗੇ ਮਾਨਹਾਨੀ ਦਾ ਕੇਸ। 6 ਤੱਕ ਟਲੀ ਪੰਜਾਬ ਸਰਕਾਰ ਬਨਾਮ ਰਾਜਪਾਲ ਮਾਮਲੇ ਦੀ ਸੁਣਵਾਈ, 6 ਨੂੰ ਕੈਬਨਿਟ ਮੀਟਿੰਗ ਸੈਸ਼ਨ ਬੁਲਾਉਣ ਬਾਰੇ ਲਿੱਤਾ ਜਾ ਸਕਦਾ ਹੈ ਵੱਡਾ ਫੈਸਲਾ। ਨਵਜੋਤ ਸਿੰਘ ਸਿੱਧੂ ਦੀ ਪਤਨੀ ਕੈਂਸਰ ਤੋਂ ਹੋਏ ਮੁਕਤ, ਰਾਜ ਸਭਾ ਚੇਅਰਮੈਨ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣਗੇ ਰਾਘਵ ਚੱਡਾ, ਸੁਪਰੀਮ ਕੋਰਟ 'ਚ ਦਿੱਤੀ ਸੀ ਮੁਲਤਵੀ ਨੂੰ ਚੁਣੌਤੀ। ਪੰਜਾਬ ਪਹੁੰਚਿਆ ਭਾਜਪਾ ਦੀ ਰਾਜਸਥਾਨ ਰੈਲੀ ਦਾ ਸੇਕ, SGPC ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਇਆ ਰੋਸ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਈ ਖੁੱਲ੍ਹੀ ਬਹਿਸ ਉੱਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਨੇ ਇਸ ਸੰਬੰਧੀ ਫੇਸਬੁੱਕ ਉੱਤੇ ਲਾਈਵ ਆ ਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਪਾਰਟੀ ਅਤੇ ਉਹਨਾਂ ਦੇ ਪਰਿਵਾਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਲਈ ਮਾਫ਼ੀ ਮੰਗਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਮਾਨਹਾਨੀ ਦਾ ਕੇਸ ਕਰਨਗੇ। ਉਹਨਾਂ ਆਖਿਆ ਕਿ ਇਸ ਸਭ ਲਈ ਜਾਂ ਤਾਂ ਉਹ 10 ਦਿਨਾਂ ਦੇ ਅੰਦਰ ਜਨਤਕ ਮਾਫ਼ੀ ਮੰਗਣਗੇ, ਨਹੀਂ ਤਾਂ ਮਾਨਹਾਨੀ ਲਈ ਫੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਭਗਵੰਤ ਮਾਨ 10 ਦਿਨ ਦਿਨਾਂ ਤੈਨੂੰ 10 ਦਿਨ ਦੇ ਅੰਦਰ ਜੋ ਝੂਠ ਬੋਲਿਆ ਹੈ ਬਾਲਾ ਸਾਹਿਬ ਫਾਰਮ 'ਤੇ ਇੱਕ ਨਹਿਰ ਕੱਢਣ ਵਾਸਤੇ, ਜੇ 10 ਦਿਨਾਂ ਦੇ ਅੰਦਰ ਅੰਦਰ ਤੂੰ ਜਵਾਬ ਨਾ ਦਿੱਤਾ, ਮਾਫ਼ੀ ਨਾ ਮੰਗੀ, ਤਾਂ ਮੈਂ ਤੇਰੇ 'ਤੇ ਡਿਫਾਮੇਸ਼ਨ ਕੇਸ ਕਰੂੰਗਾ। ਮੈਂ ਕਹਿਣਾ ਇਸ ਜਿਹੜੇ ਡਰਾਮੇ ਵਿੱਚ ਭਗਵੰਤ ਮਾਨ ਨੇ ਰਿਕਾਰਡ ਹੀ ਤੋੜ ਦਿੱਤੇ। ਭਗਵੰਤ ਬੇਈਮਾਨ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੁੱਖ ਮੰਤਰੀ ਦੇ ਮੂੰਹ 'ਚੋਂ ਇੱਕ ਇੱਕ ਗੱਲ ਨਿਕਲੀ, ਮਤਲਬ ਹੈ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ। ਪਿਛਲੇ 2.5 ਸਾਲਾਂ 'ਚ ਇੰਨੇ ਝੂਠ ਬੋਲਤੇ, ਇੰਨੇ ਡਰਾਮੇ ਕਰਤੇ ਕਿ ਲੋਕਾਂ ਦਾ ਤੇਰੇ 'ਤੇ ਵਿਸ਼ਵਾਸ ਹੀ ਉੱਤਰ ਗਿਆ। ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਗੈਰ ਕਾਨੂੰਨੀ ਕਰਾਰ ਦੇਣ ਅਤੇ ਸਦਨ ਵਿੱਚ ਪਾਸ ਕੀਤੇ ਗਏ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਸੰਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ 'ਤੇ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਹ ਪਟੀਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦਾਇਰ ਕੀਤੀ ਗਈ ਸੀ। ਦੂਜੇ ਪਾਸੇ ਸਰਕਾਰ ਵੱਲੋਂ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਸਟੈਂਡ ਤੋਂ ਯੂ ਟਰਨ ਲੈ ਲਿਆ ਹੈ। ਉਹਨਾਂ ਨੇ ਵਿਧਾਨ ਸਭਾ 'ਚ ਪਾਸ ਹੋਣ ਲਈ ਤਿਆਰ 3 ਬਿੱਲਾਂ ਵਿੱਚੋਂ 2 ਮਨੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 2 ਮਨੀ ਬਿੱਲਾਂ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨਵੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ। ਨਵੇਂ ਸੈਸ਼ਨ ਸੰਬੰਧੀ ਕਾਨੂੰਨੀ ਪਹਿਲੂਆਂ ਬਾਰੇ AG ਦਫ਼ਤਰ ਤੋਂ ਰਾਏ ਲਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਦੀ ਤਰੀਕ ਤੈਅ ਕਰਨ ਲਈ 6 ਨਵੰਬਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਸਕੱਤਰੇਤ ਵਿੱਚ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਜੂਨ 2023 ਦੇ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ 4 ਬਿੱਲਾਂ ਨੂੰ ਰਾਜਪਾਲ ਨੇ ਹਜੇ ਤੱਕ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਰਾਜ਼ ਪ੍ਰਗਟਾਇਆ ਹੈ। ਦੂਜੇ ਪਾਸੇ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਰਾਜਪਾਲ ਇਸ 'ਤੇ ਆਪਣਾ ਪੱਖ ਪੇਸ਼ ਕਰ ਸਕਦੇ ਹਨ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ 7 ਮਹੀਨਿਆਂ ਦੀ ਲੜਾਈ ਲੜਨ ਤੋਂ ਬਾਅਦ ਹੁਣ ਕੈਂਸਰ ਮੁਕਤ ਹੋ ਗਏ ਹਨ। 7 ਮਹੀਨੇ ਤੱਕ ਜੂਝਣ ਤੋਂ ਬਾਅਦ ਕੈਂਸਰ ਮੁਕਤ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਹੁਣ ਉਹ ਭਾਵੁਕ ਹੋ ਗਏ ਹਨ। ਉਹਨਾਂ ਨੇ ਭਾਵੁਕ ਪੋਸਟ ਸ਼ੇਅਰ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਸੰਦੇਸ਼ ਵੀ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਨੂੰ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਮੇਰੇ ਪੂਰੇ ਸਰੀਰ ਦੀ ਸਕੈਨ ਕਰਨ ਤੋਂ ਬਾਅਦ ਮੈਨੂੰ ਕੈਂਸਰ ਮੁਕਤ ਘੋਸ਼ਿਸ਼ ਕੀਤਾ ਗਿਆ ਹੈ। ਮੈਂ ਖੁਦ ਕਿਸਮਤ ਮਹਿਸੂਸ ਕਰਦੀ ਹਾਂ, ਮੈਂ ਆਪਣੇ ਬਾਲ ਦਾਨ ਕਰਨ ਦੇ ਯੋਗ ਹੋ ਸਕੀ। ਡਾਕਟਰ ਨਵਜੋਤ ਕੌਰ ਨੇ ਪੋਸਟ ਵਿੱਚ ਭਾਵੁਕ ਸੰਦੇਸ਼ ਦਿੱਤੇ ਹਨ, ਜਿੱਥੇ ਉਹਨਾਂ ਨੇ ਕੈਂਸਰ ਵਿਰੁੱਧ ਜੰਗ ਜਿੱਤਣ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਹਨਾਂ ਕੈਂਸਰ ਪੀੜਤਾਂ ਲਈ ਆਪਣੀ ਬਾਲਦਾਨ ਕਰਨ ਦੀ ਮੰਗ ਵੀ ਉਠਾਈ। ਇੰਨਾ ਹੀ ਨਹੀਂ, ਲੱਕੜ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਬਿਜਲੀ ਨਾਲ ਸੰਸਕਾਰ ਕਰਨ ਲਈ ਕਿਹਾ। ਰਾਜ ਸਭਾ ਤੋਂ ਮੁਅੱਤਲ ਕੀਤੇ ਜਾਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੂੰ ਸੁਪਰੀਮ ਕੋਰਟ ਨੇ ਮਾਫ਼ੀ ਮੰਗਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਮਾਫ਼ੀ ਦਾ ਰਸਤਾ ਉਚਿਤ ਹੈ। ਅਦਾਲਤ ਨੇ ਕਿਹਾ ਕਿ ਰਾਘਵ ਚੱਡਾ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਨੂੰ ਮਿਲਣ ਅਤੇ ਲਿਖਤੀ ਤੌਰ 'ਤੇ ਮਾਫ਼ੀ ਮੰਗਣ, ਜਿਸ ਤੋਂ ਬਾਅਦ ਚੇਅਰਮੈਨ ਆਪਣੀ ਮੁਲਤਵੀ ਵਾਪਸ ਲੈਣ 'ਤੇ ਵਿਚਾਰ ਕਰਨਗੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਰਾਘਵ ਚੱਡਾ ਦੀ ਤਰਫੋਂ ਉਹਨਾਂ ਦੇ ਵਕੀਲ ਨੇ ਕਿਹਾ ਕਿ ਰਾਘਵ ਚੱਡਾ ਚੇਅਰਮੈਨ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਤਿਆਰ ਹਨ। ਅਦਾਲਤ 'ਚ ਸੁਣਵਾਈ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਪੂਰੇ ਮਾਮਲੇ ਵਿੱਚ ਆਪ ਸੰਸਦ ਰਾਘਵ ਚੱਡਾ ਦਾ ਸਦਨ ਦੀ ਮਰਿਆਦਾ 'ਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਰਾਘਵ ਚੱਡਾ ਚੇਅਰਮੈਨ ਨੂੰ ਮਿਲਣਗੇ ਅਤੇ ਲਿਖਤੀ ਰੂਪ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗਣਗੇ। ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਦੌਰਾਨ ਸਰਕਾਰ ਆਉਣ 'ਤੇ ਗੁਰਦੁਆਰਾ ਸਾਹਿਬਾਨ ਨੂੰ ਉਖਾੜਨ ਵਾਲੇ ਬਿਆਨ 'ਤੇ ਪੰਜਾਬ ਵਿੱਚ ਵਿਰੋਧ ਵੱਧਦਾ ਨਜ਼ਰ ਆ ਰਿਹਾ ਹੈ। SGPC ਤੋਂ ਬਾਅਦ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਰੋਸ ਦਰਜ ਕਰਵਾਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਜਸਥਾਨ ਵਿੱਚ ਭਾਜਪਾ ਦੀ ਰੈਲੀ ਦੌਰਾਨ ਗੁਰਦੁਆਰਿਆਂ ਨੂੰ ਉਖਾੜਨ
देने वाला बयान बेहद निंदनयोग है। उन्होंने कहा कि भाजपा की इस रैली में जो यह बयान दिता गया तो उस वेले यूपी के सीएम योगी आदित्यनाथ भी उत्ते मंच से बैठे सन। उन्होंने जिम्मेवारी बनती सी कि अजिहे नफरती बयान का वह उसे समय मंच तो उसका विरोध कर दे, पर दुख की गल यह है कि सूबे के मुख्यमंत्री होने के बावजूद भी वह इस वर्तारे के भागी बने। आज चुनावी भाषण में मैं मस्जिद मदरसे की जगह गुरुद्वारे साहिब के बारे में कुछ गलत शब्दों का जो प्रयोग मेरे से गलती से हुआ है, मैं पूरे सिख समाज से मैं हाथ जोड़कर क्षमा प्रार्थी हूं। मुझे नहीं पता मेरे से कैसे गलती हुई है, और ऐसे सिख समाज की जिन्होंने हमेशा हिंदू धर्म की सनातन धर्म की हमेशा रक्षा की हो, ऐसे सिख समाज के बारे में मैं कभी सोच भी नहीं सकता कि मैं ऐसी गलती कर भी सकता हूं। तो मैं पूरे सिख समाज से हाथ जोड़कर मैं क्षमा प्रार्थी हूं। मेरे से पता नहीं कैसे गलती हुई है, मैं इस गलती का कैसे जाकर गुरुद्वारे में मैं पश्चाताप करूंगा। मैं पूरे सिख समाज से हाथ जोड़कर मैं क्षमा प्रार्थी हूं। सत श्री अकाल। जड़ी है एक वीडियो जड़ी है साढ़े वास्ते वो वायरल हुई है तो साढ़े तक पहुंची है, जिदे विच राजस्थान के अंदर मंच तो एक बुलारा जड़ा है वह बहुत ही ज़्यादा घटिया तो भद्दी किस्म की शब्दावली बोल रहे हैं, और वह भी जिम्मेवार तरह की हाजरी च। यूपी के सीएम आदित्यनाथ योगी बैठे ने और बहुत सारे बीजेपी के जड़े ने वड्डे लीडर बैठे ने, उन्हां दी हाजरी दे विच वह बंदा जड़ा कह रहा है कि मस्जिदां गुरद्वारे जड़े ने ये नासूर है, तो ये जे बीजेपी सरकार आउंदी है या जे तुसीं साढ़े एमपी नूं जिताउंदे हो तो इन्हां नूं उखाड़िया जाएगा। मैं समझदा कि डेमोक्रेसी दे विच इस तों घटिया पद्दा बयान जिहड़ा है वह कोई हो नहीं सकता है कि घट गिणतियां नूं जिहड़ा है वह निशाना बनाया जाए। घट गिणतियां पहले ही बहुत सहम दे विच ने, जिस किस्म दीआं गल्लां बातां नैशनल लैवल ते हो रहीआं ने, तो यहोजे बयान जड़े है ये घट गिनतियां के अंदर बहुत वड्डा जिहड़ा सहम भी पैदा करते हैं। तो बीजेपी नूं चाहिए है कि उस बंदे नूं पार्टी चों कढ़े, उस बंदे दे उत्ते FIR होनी चाहिए है, उस बंदे नूं जिहड़ा है वह जेल दे विच बंद करना चाहिए है जिसने नफरत फैलाउण दा जिहड़ा एक कोझा जतन जिहड़ा है उस मंच तों कीता है जिस मंच के उत्ते वड्डे लीडर बैठे है, तो कितने ना कितने वड्डे लीडर भी जिहड़े ने उहदे जिम्मेवार ने, क्योंकि उन्हां दी हाजरी च बोलिया गया, तो उन्हां नूं भी सिख पंथ पासों माफ़ी जिहड़ी है वह मंगनी चाहिए है। ये बेहद मंदभागी घटना जिहड़ी है घटी है, तो जिस नाल लगता है कि एजेंडा जिहड़ा है वह इन्हां दा सारा क्लीयर हुंदा जापदा है कि घट गिणतियां के प्रति जिहड़ा है इन्हां दी सोच की है, सुहिरदता जिहड़ी है किन्नी घट गिणतियां के प्रति है, ਇਹੋ ਜਿਹੇ ਬਿਆਨ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਲਕੁਲ ਵੱਲੋਂ ਕੋਈ ਉਹਦੇ ਤੇ ਪਰਚਾ ਹੋਣਾ ਚਾਹੀਦਾ, ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੀਦਾ, ਤੇ ਤਾੜਨਾ ਕਰਨੀ ਚਾਹੀਦੀ ਹੈ ਕਿ ਅਜਿਹਾ ਘਟੀਆ ਕਿਸਮ ਦਾ ਬਿਆਨ ਜਿਹੜਾ ਅੱਗੇ ਤੋਂ ਕੋਈ ਨਾ ਦੇ। ਸਿੱਖ ਸਾਹਿਬ ਕਹਿੰਦੇ ਕਿ ਫੁੱਟ ਪਾਈ ਜਾ ਰਹੀ ਹੈ ਜੀ। ਬਿਲਕੁਲ ਨਫ਼ਰਤ ਦੀ ਰਾਜਨੀਤੀ ਖੇਡੀ ਜਾ ਰਹੀ ਹੈ, ਨਫ਼ਰਤ ਦੀ ਰਾਜਨੀਤੀ ਜਿਹੜੀ ਹੈ ਇਹ ਤੁਹਾਨੂੰ ਸੱਤਾ ਤੇ ਪਹੁੰਚਾ ਸਕਦੀ ਹੈ, ਲੇਕਿਨ ਜਿਹੜੇ ਇਹਦੇ ਨਤੀਜੇ ਨਿਕਲਦੇ ਆ, ਜਿਹੜਾ ਲਹੂ ਲੁਹਾਨ ਹੁੰਦੀ ਹੈ ਧਰਤੀ ਦੇਸ਼ ਦੀ, ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਾਡੇ ਕੋਲ ਉਦਾਹਰਣਾਂ ਨੇ 1947 ਦੇ ਵਿੱਚ ਇਸ ਕਿਸਮ ਦੀ ਘਟੀਆ ਨਫ਼ਰਤ ਦੀ ਰਾਜਨੀਤੀ ਜਿਹੜੀ ਉਹ ਖੇਡੀ ਗਈ ਸੀ ਅਤੇ 10 ਲੱਖ ਲੋਕ ਜਿਹੜੇ ਆ ਉਹ ਕਤਲ ਹੋਏ ਸੀ। ਫਿਰ 1984 ਤੋਂ ਪਹਿਲਾਂ ਜਿਹੜਾ ਸਿੱਖਾਂ ਦੇ ਖਿਲਾਫ਼ ਨੈਰੇਟਿਵ ਸਿਰਜਿਆ ਗਿਆ, ਪੰਜਾਬ ਦੀ ਧਰਤੀ ਲਹੂ ਲੁਹਾਨ ਹੋਈ ਸੀ। ਇਹੋ ਜਿਹੇ ਬਿਆਨ ਜਿਹੜੇ ਹੈ ਇਹ ਧਰਤੀ ਨੂੰ ਲਹੂ ਲੁਹਾਨ ਕਰ ਦੇਣ ਵਾਲੇ ਹੁੰਦੇ ਆ, ਇਹਦੇ ਨਾਲ ਫਾਇਦਾ ਕੋਈ ਨਹੀਂ। ਚਾਰਾਜੋਈ ਕਰਨੀ ਚਾਹੀਦੀ ਹੈ, ਲਿਖਣਾ ਚਾਹੀਦਾ। ਸਿੱਖਾਂ ਨੂੰ ਕੋਈ ਟਾਰਗੇਟ ਕੀਤਾ ਜਾਂਦਾ ਹਮੇਸ਼ਾ? ਇਹ ਹਮੇਸ਼ਾ ਹੀ ਹੈ ਜੀ, ਜਦੋਂ ਤੋਂ 1947 ਤੋਂ ਮੁਲਕ ਆਜ਼ਾਦ ਹੋਇਆ ਅਸੀਂ ਦੇਖ ਰਹੇ ਹਾਂ ਹਮੇਸ਼ਾ ਸਿੱਖ ਨਿਸ਼ਾਨੇ 'ਤੇ ਆਉਂਦੇ ਨੇ। ਉਹਦਾ ਮੈਂ ਸਮਝਦਾ ਕਾਰਨ ਇਹ ਹੈ ਕਿ ਸਿੱਖ ਬੋਲਦੇ ਨੇ, ਜ਼ੁਲਮਾਂ ਦੇ ਖਿਲਾਫ਼ ਬੋਲਦੇ ਨੇ, ਕਿਤੇ ਗਲਤ ਹੋ ਰਿਹਾ ਹੁੰਦਾ ਉਹਦੇ ਖਿਲਾਫ਼ ਬੋਲਦੇ ਨੇ, ਬਗਾਵਤ ਦੇ ਖਿਲਾਫ਼ ਬੋਲ ਜਿਹੜੀ ਇਸ ਤਰ੍ਹਾਂ ਦੇ ਘਟੀਆ ਕਿਸਮ ਦੇ ਜਿਹੜੇ ਵਰਤਾਰੇ ਹੁੰਦੇ ਉਹਨਾਂ ਦੇ ਖਿਲਾਫ਼ ਬੋਲਦੇ ਅਤੇ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ। ਬੇਹੱਦ ਮੰਦਭਾਗੀ ਗੱਲ ਹੈ, ਮੈਂ ਪਹਿਲਾਂ ਵੀ ਕਹਿ ਚੁੱਕਿਆ ਬਦਬੀਆਂ ਬਾਰੇ ਵੀ ਇਹ ਇੱਕ ਸਾਜਿਸ਼ ਸਾਨੂੰ ਨਜ਼ਰ ਆਉਂਦੀ ਹੈ, ਅਤੇ ਸਖ਼ਤ ਸਜ਼ਾਵਾਂ ਜਿਹੜੀਆਂ ਜਿਹੜੇ ਬੇਦੋਸ਼ੇ ਜਿਹੜੇ ਹੁੰਦੇ ਦੋਸ਼ੀ ਹੁੰਦੇ ਆ ਉਹ ਫੜੇ ਜਾਂਦੇ ਆ, ਉਹਨਾਂ ਨੂੰ ਸਖ਼ਤ ਸਜ਼ਾਵਾਂ ਮਿਲਦੀਆਂ ਨਹੀਂ ਹੈ, ਪਾਗਲ ਕਰਾਰ ਦਿੱਤਾ ਜਾਂਦਾ, ਛੁੱਟ ਜਾਂਦੇ ਨੇ, ਜਿਹਦਾ ਨਤੀਜਾ ਹੈ ਕਿ ਬੇਅਦਬੀਆਂ ਕਰਨ ਵਾਲੇ ਲੋਕ ਜਿਹੜੇ ਆ ਉਹ ਹੋਰ ਉਤਸ਼ਾਹਿਤ ਹੁੰਦੇ ਨੇ, ਠੱਲ ਪੈਣੀ ਚਾਹੀਦੀ। ਦੇਖੋ ਉਹ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਅਸੀਂ ਇੰਦਰਾ ਗਾਂਧੀ ਦੇ ਬੇਟੇ ਹਾਂ, ਅਤੇ ਉਹਨਾਂ ਦਾ ਇਹ ਕਹਿਣਾ ਜਿਹੜਾ ਹੈਗਾ ਉਹ ਇੱਕ ਵੱਡੀ ਗੱਲ ਨਹੀਂ ਹੈ ਜੀ। ਸਿੰਘ ਸਾਹਿਬ ਚੋਣਾਂ ਦੇ ਨੇੜੇ ਆ ਕੇ ਇਸ ਤਰ੍ਹਾਂ ਦੀ ਰਾਜਨੀਤੀ ਕਿਉਂ ਇਸ ਤਰੀਕੇ ਦੇ ਬਿਆਨ? ਘਟੀਆ ਕਿਸਮ ਦੀ ਰਾਜਨੀਤੀ ਹੈ ਇਸ ਕਿਸਮ ਦੀ ਬਿਆਨਬਾਜ਼ੀ, ਔਰ ਇਸ ਕਿਸਮ ਦੀ ਰਾਜਨੀਤੀ ਨਾਲ ਤੁਸੀਂ ਸੱਤਾ ਹਾਸਲ ਕਰ ਸਕਦੇ ਹੋ,
पर मुल्क दे अंदर शांति या मुल्क नू डिवेलप जिहड़ा बिल्कुल नहीं कर सकते, मुल्क बर्बाद होएगा, मुल्क टुटेगा जे इस किस्म दे बयान आउंदे रहे।